ਅਸਲਾਮ ਵਾਲੇਕਮ। ਹਾਂਜੀ ਦੋਸਤੋ, ਕੀ ਅੱਜ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਸਭ ਭਰਾਵਾਂ ਦਾ ਡੇਲੀ ਵਲੋਗ ਦੇ ਵਿੱਚ ਵੈਲਕਮ ਹੋ ਗਿਆ। ਛੋਟਾ ਜਿਹਾ ਮਿੰਨੀ ਵਲੋਗ ਹੈ। ਦੇਖੋ ਜੀ, ਅਸੀਂ ਇਸ ਟਾਈਮ ਆਏ ਹੋਏ ਹਾਂ ਬੀਚ 'ਤੇ। ਤਕਰੀਬਨ ਕੋਈ 10-11 ਦਾ ਟਾਈਮ ਹੈ, ਇਸ ਕਰਕੇ ਆਵਾਮ ਵਗੈਰਾ ਨਹੀਂ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ। ਸਹੀ ਹੈ। ਅਤੇ ਅਸੀਂ ਗੁਜ਼ਰੇ ਸੀ ਇੱਥੋਂ, ਇਸ ਕਰਕੇ ਚਲੋ ਛੋਟਾ ਜਿਹਾ ਇੱਕ ਨਾਲ ਕਲਿੱਪ ਲੈ ਕੇ ਨਾ ਅਤੇ ਸਭ ਦੋਸਤ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ। ਮੈਂ ਥੋੜ੍ਹਾ ਜਿਹਾ ਜਾਂਦਾ ਵਾਂ ਅੱਗੇ ਵੀ। ਮੌਸਮ ਭਾਜੀ ਹੈ, ਸਹੀ ਹੈ। ਇਹ ਪਿਛਲੀ ਸਾਈਡ 'ਤੇ ਹੈਗਾ ਜੀ ਉਹ ਜਿੱਦਾ ਪੋਰਟ, ਸਹੀ ਹੈ, ਜਿੱਥੇ ਕੋਈ ਕਸ਼ਤੀਆਂ ਵਗੈਰਾ ਸਮਾਨ ਲੈ ਕੇ ਜਹਾਜ਼ ਨੇ ਬੈਰੀ ਜਹਾਜ਼ ਸਮਾਨ ਵਗੈਰਾ ਲੈ ਕੇ ਆਉਂਦੇ ਆ ਜਾਂ ਇੱਥੋਂ ਲੋਡ ਹੈ ਕੇ ਦੁਬਾਰਾ ਜਾਂਦੇ ਆ। ਦੇਖੋ ਜੀ, ਬੜਾ ਜ਼ਬਰਦਸਤ ਵਿਊ ਆ ਰਿਹਾ। ਧੁੱਪ ਕਾਫੀ ਜ਼ਿਆਦਾ ਵਾ, ਇਸ ਕਰਕੇ ਥੋੜ੍ਹਾ ਜਿਹਾ ਕੈਮਰੇ 'ਚ ਵੀ ਨਜ਼ਰ ਸਹੀ ਨਹੀਂ ਆ ਰਿਹਾ ਹੋਣਾ, ਕਿਉਂਕਿ ਧੁੱਪ 'ਚ ਥੋੜ੍ਹਾ ਜਿਹਾ ਨਾ ਵਿਊ ਫਿਰ ਘੱਟ ਜਾਂਦਾ। ਅਤੇ ਇਹ ਸੀ ਬਾਈ ਜੀ ਛੋਟਾ ਜਿਹਾ ਕਲਿੱਪ, ਮੈਂ ਕਿਹਾ ਚਲੋ ਦੋਸਤ ਭਰਾਵਾਂ ਦਾ ਸਭ ਦਾ ਮੈਂ ਸ਼ੇਅਰ ਕਰਦਾ। ਅਗਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਮਾਰ ਦਿਓ।